ਦੇਖੋ ਜੀ, ਧਰਨੇ ਬਾਰੇ ਪਾਰਟੀ ਨੂੰ ਵੀ ਪਤਾ, ਹਾਈ ਕਮਾਂਡ ਤੱਕ ਇਹ ਗੱਲ ਗਈ ਆ। ਇਹਨਾਂ ਨੂੰ ਵਾਰ ਵਾਰ ਬੁਲਾਇਆ ਗਿਆ ਕਿ ਆਪਣੀ ਪ੍ਰੋਬਲਮ ਦੱਸੋ, ਹਾਈ ਕਮਾਂਡ ਵੱਲੋਂ ਵੀ ਬੁਲਾਇਆ ਗਿਆ, ਪਰ ਇਹਨਾਂ ਵੱਲੋਂ ਨਾ ਕੋਈ ਠੋਸ ਰੀਜ਼ਨ ਨਾ ਕੋਈ ਰਿਸਪੋਂਸ ਦਿੱਤਾ ਗਿਆ। ਅਤੇ ਉਹ ਪਾਰਟੀ ਵੱਲੋਂ ਹੀ ਜਿਹੜੇ ਵਰਕਰਸ ਨੇ ਪਾਰਟੀ ਦੇ ਅਗੇਂਸਟ ਐਕਟੀਵਿਟੀਜ਼ ਕੀਤੀਆਂ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਅਤੇ ਅੱਜ ਦਾ ਜਿਹੜੀ ਪ੍ਰੈਸ ਕਾਨਫਰੰਸ ਹੈ ਇਹ ਇਸ ਲੈਵਲ 'ਤੇ ਨਹੀਂ ਹੈ। ਮੈਂ ਇਹ ਦੱਸਣਾ ਚਾਹਾਂਗੀ ਕਿ ਜਿਹੜੀਆਂ ਮੁਸ਼ਕਲਾਂ ਸਾਨੂੰ ਸਾਹਮਣੇ ਸਾਡੇ ਸਾਹਮਣੇ ਆਈਆਂ ਜਾਂ ਲੋਕਾਂ ਵੱਲੋਂ ਦੱਸੀਆਂ ਗਈਆਂ ਵੀ ਸਾਡਾ ਕੰਟੈਕਟ ਨਹੀਂ ਹੋ ਪਾ ਰਿਹਾ ਜਾਂ ਕੰਮ ਨਹੀਂ ਹੋ ਰਹੇ, ਉਹਦੇ ਲਈ ਮੈਂ ਆਪਣੇ ਹਲਕੇ ਦੇ ਲੋਕਾਂ ਨੂੰ ਜਾਣਕਾਰੀ ਦੇਣ ਲਈ ਇਹ ਜਿਹੜੀ ਪ੍ਰੈਸ ਨੂੰ ਬੇਨਤੀ ਕੀਤੀ ਸੀ ਕਿ ਇੱਕ ਤਾਂ ਅਸੀਂ ਇਹ ਔਫਿਸ ਜਿਹੜਾ ਕੁਛ ਕੁ ਦਿਨਾਂ ਤੋਂ ਸ਼ੁਰੂ ਕੀਤਾ ਸੀ ਇੱਥੇ ਹੀ ਰੈਜੀਡੈਂਸ ਦੇ ਵਿੱਚ ਹੀ, ਇਹਦਾ ਮੈਂ ਕੰਟੈਕਟ ਨੰਬਰ ਰਿਲੀਜ਼ ਕਰਨ ਜਾ ਰਹੀ ਹਾਂ, ਉਹ 9056267609 9056267609। ਇੱਥੇ ਸਾਡਾ ਮੁੰਡਾ ਬੈਠਦਾ ਜਗਦੀਸ਼ ਕੁਮਾਰ। ਇਹ ਟਾਈਮਿੰਗ ਇਹਦੀ 9 to 5 ਤੱਕ ਰਹੇਗੀ। ਨਾਲ ਸਾਡੇ ਵਰਕਰ ਬੈਠਣਗੇ ਰਮੇਸ਼ ਜੀ। ਅਤੇ ਹੁਣ ਤੱਕ ਜਿੰਨੀਆਂ ਕੁ ਐਕਟੀਵਿਟੀਜ਼ ਹੋਈਆਂ ਜਾਂ ਲੋਕਾਂ ਨੂੰ ਭੁਲੇਖੇ ਸੀ ਵੀ ਪਤਾ ਨਹੀਂ ਸਾਡੇ ਕੰਮ ਹੋ ਨਹੀਂ ਰਹੇ, ਤਾਂ ਉਹ ਵੀ ਮੈਂ ਦੱਸ ਦੇਵਾਂ ਕਿ ਇਹਨੂੰ ਅਸੀਂ ਇਸ ਤਰ੍ਹਾਂ ਕੰਪਿਊਟਰਾਈਜ਼ ਕਰਕੇ ਸਾਰਾ ਕੁਛ ਅਸੀਂ ਔਨਲਾਈਨ ਫੀਡ ਕੀਤਾ ਹੋਇਆ। ਅਤੇ ਜਿਹੜੇ ਵੀ ਕੰਮ ਹੋਣਗੇ ਉਹ ਅਸੀਂ ਟਿੱਕ ਕਰਦੇ ਜਾਵਾਂਗੇ, ਜਿਹੜੇ ਨਹੀਂ ਹੋਣਗੇ ਫਿਰ ਉਹਨਾਂ 'ਤੇ ਵੀ ਗੌਰ ਕੀਤਾ ਜਾਏਗਾ। ਸਭ ਕੁਛ ਕੰਪਿਊਟਰ 'ਚ ਫੀਡ ਹੋਏਗਾ। ਇੱਕ ਵੀ ਕੋਈ ਸਾਨੂੰ ਇਹ ਨਹੀਂ ਮੌਕਾ ਲੋਕਾਂ ਨੂੰ ਦੇਵਾਂਗੇ ਕਿ ਉਹਨਾਂ ਨੂੰ ਐਂ ਲੱਗੇ ਵੀ ਸਾਡੀ ਕੋਈ ਐਪਲੀਕੇਸ਼ਨ ਰਿਜੈਕਟ ਹੋ ਗਈ ਜਾਂ ਕਿਤੇ ਸੁੱਟੀ ਗਈ ਜਿਹੜੀਆਂ ਕਿ ਅਫਵਾਹਾਂ ਕੱਲ੍ਹ ਫੈਲਾਈਆਂ ਗਈਆਂ। ਇਸ ਤਰ੍ਹਾਂ ਦੀ ਕੋਈ ਵੀ ਐਕਟੀਵਿਟੀ ਆਮ ਆਦਮੀ ਪਾਰਟੀ ਦੇ ਔਫਿਸ 'ਚ ਨਹੀਂ ਹੋਏਗੀ। ਅਤੇ ਇੱਥੇ ਮੈਂ ਆਪਣੇ ਹਲਕੇ ਦੇ ਲੋਕਾਂ ਨੂੰ ਬੇਨਤੀ ਕਰਦੀ ਹਾਂ ਕਿ ਕਦੋਂ ਵੀ ਆ ਕੇ ਸੁਬਹਾ ਤੋਂ ਲੈ ਕੇ ਸ਼ਾਮ ਤੱਕ ਕਦੋਂ ਵੀ ਆ ਕੇ ਆਪਣੀਆਂ ਸ਼ਿਕਾਇਤਾਂ ਜੋ ਵੀ ਉਹਨਾਂ ਨੇ ਦੁੱਖ ਦਰਦ ਹੈ ਉੱਥੇ ਆ ਕੇ ਦਰਜ ਕਰਾ ਸਕਦੇ ਨੇ। ਜਿਹੜੇ ਸਾਨੂੰ ਲੱਗਿਆ ਕਿ ਮੌਕੇ 'ਤੇ ਫੋਨ ਕਰਕੇ ਨਿਪਟਾਰੇ ਹੋਣਗੇ ਉਹ ਰਮੇਸ਼ ਜੀ ਮੇਰੇ ਨਾਲ ਕੰਟੈਕਟ ਕਰਨਗੇ ਅਤੇ ਉਹਨਾਂ ਦਾ ਮੌਕੇ 'ਤੇ ਵੀ ਨਿਪਟਾਰਾ ਕਰਾਂਗੇ। ਬਾਕੀ ਜਿਨ੍ਹਾਂ ਨੂੰ ਇਨ ਪ੍ਰੋਸੈਸ ਪਾਉਣਾ ਪੈਂਦਾ ਉਹ ਟਾਈਮ ਤਾਂ ਲੱਗੇਗਾ ਹੀ, ਜਿੰਨਾ ਕੁ ਜਾਇਜ਼ ਟਾਈਮ ਹੈ ਉਹ ਲੱਗੇਗਾ ਹੀ। ਇਹ ਮੈਨੂੰ ਦੱਸਣਾ ਚਾਹੁੰਦਾ। ਦੇਖੋ ਜੀ, ਨਿੱਜੀ ਸਹਾਇਕ ਦੀ ਮੈਂ ਇਹ ਗੱਲ ਵੀ ਸਪਸ਼ਟ ਕਰ ਦਿੰਦੀ ਹਾਂ ਕਿ ਜਿਸ ਤਰ੍ਹਾਂ ਪਾਰਟੀ ਦੇ ਜ਼ਰੂਰ ਹੈ ਕਿ ਜਿਹੜਾ ਵੀ ਇਨਸਾਨ ਜਿਹੜਾ ਵੀ ਸਾਡਾ ਵਰਕਰ ਹੈ ਭਾਵੇਂ ਮੇਰਾ ਨਿੱਜੀ ਸਹਾਇਕ ਹੈ, ਜੋ ਪਾਰਟੀ ਦੇ ਅਗੇਂਸਟ ਜਾਂ ਸਾਡੀ ਪਾਰਟੀ ਨੂੰ ਡੀਫੇਮ ਕਰਨ ਲਈ ਕੋਈ ਐਕਟੀਵਿਟੀ ਕਰੇਗਾ ਉਹਨੂੰ ਅਸੀਂ ਪਾਰਟੀ 'ਚ ਨਹੀਂ ਰੱਖਾਂਗੇ। ਇਸੇ ਤਰ੍ਹਾਂ ਹੀ ਨਿੱਜੀ ਸਹਾਇਕ ਦਾ ਵੀ ਸੇਮ ਕੇਸ ਹੈ। ਜੇ ਉਹਦੀ ਕੋਈ ਪ੍ਰੋਬਲਮ ਉਹਦੇ ਪ੍ਰਤੀ ਲੋਕਾਂ ਨੂੰ ਸਾਹਮਣੇ ਆਈਆਂ ਨੇ ਤਾਂ ਮੈਂ ਉਹਨੂੰ ਅੱਜ ਤੋਂ ਪਾਸੇ ਕਰ ਦਿੱਤਾ। ਮੈਡਮ, ਕੱਲ੍ਹ ਚਰਚਾ ਦੇ ਵਿੱਚ ਰਿਹਾ ਕਿ ਜਿਹੜੀ ਵੀ ਕੋਈ ਬੰਦਾ ਤੁਹਾਡੇ ਕੋਲ ਕੰਪਲੇਂਟ ਕਰਦਾ ਤੁਹਾਡੀ ਇੱਕ ਪਹਿਲਾਂ ਪਹੁੰਚਦੀ ਨਹੀਂ ਜਾਂ ਹੋਵੇ ਕਿ ਡਸਟਬਿਨ ਸੁੱਟ ਦਿੱਤੀ ਜਾਂਦੀ ਹੈ, ਇਹ ਬਿਲਕੁਲ ਜਿਵੇਂ ਕਹਿ ਦਿਓ ਕਿ ਜਿਹਨਾਂ ਚੀਜ਼ਾਂ ਦਾ ਕੋਈ ਬੇਸ ਹੀ ਨਹੀਂ। ਜਦੋਂ ਇੰਨੇ ਵਰਕਰਾਂ ਦੇ ਇਕੱਠ ਦੇ ਵਿੱਚ ਲੋਕ ਆ ਕੇ ਮੈਨੂੰ ਐਪਲੀਕੇਸ਼ਨ ਦੇ ਰਹੇ ਆ, ਮੈਂ ਉਹਨਾਂ ਦੇ ਸਾਹਮਣੇ ਕਿਵੇਂ ਪਾੜ ਕੇ ਸਿੱਟ ਦਊਂ? ਤੁਸੀਂ ਆਪ ਸਿਆਣੇ। ਮੈਡਮ, ਗੱਲ ਕਰੀਏ ਜਿਹੜਾ ਬਾਹਰ ਧਰਨਾ ਲੱਗਾ, ਜਿਹੜਾ ਮੇਨ ਮੁੱਦਾ ਬਾਹਰ, ਉਹਦੇ 'ਚ ਇੱਕ ਹੋਰ ਉਹਨਾਂ ਦਾ ਕਹਿਣਾ ਇਹ ਹੈ ਕਿ ਸਾਡੀ ਜਿਹੜੀ ਸਸਪੈਂਸ਼ਨ ਹੈ ਜਿਹੜਾ ਸਾਨੂੰ ਸਸਪੈਂਡ ਕੀਤਾ ਗਿਆ ਉਹ ਜ਼ਿਲ੍ਹਾ ਇੰਚਾਰਜ ਨੂੰ ਜਾਂ ਜ਼ਿਲ੍ਹਾ ਪ੍ਰਧਾਨ ਨੂੰ ਤਿਆਰ ਹੀ ਨਹੀਂ, ਸੂਬਾ ਲੈਵਲ 'ਤੇ ਸਟੇਟ ਲੈਵਲ 'ਤੇ ਹੀ ਸਾਨੂੰ ਕੋਈ ਕਰ ਸਕਦਾ, ਅਸੀਂ ਉਹਨੂੰ ਨਹੀਂ ਮੰਨਦੇ। ਇਹਦੇ ਬਾਰੇ ਦੇਖੋ ਜੀ, ਜਿੰਨੀ ਕੁ ਆਪਣੀ ਜੋ ਆਪਣਾ ਕੇਡਰ ਹੁੰਦਾ, ਜਿਵੇਂ ਇੱਕ ਵਰਕਰ ਹੈ ਤਾਂ ਉਹਦਾ ਇਖਤਿਆਰ ਜ਼ਿਲ੍ਹਾ ਪ੍ਰਧਾਨ ਨੂੰ ਹੁੰਦਾ, ਬਾਕੀ ਜ਼ਿਲ੍ਹਾ ਪ੍ਰਧਾਨ ਜੀ ਮੇਰੇ ਨਾਲ ਬੈਠੇ ਨੇ, ਉਹ ਤੁਹਾਨੂੰ ਸਪਸ਼ਟ ਵੀ ਕਰ ਰਹੇ। ਦੇਖੋ ਜੀ, ਜੋ ਪਾਰਟੀ ਦੀ ਲੈਟਰ ਪੈਡ ਉਸ ਦੇ ਉੱਤੇ ਪਾਰਟੀ ਨੇ ਜੇ ਮੈਨੂੰ ਦਿੱਤੀ ਅਧਿਕਾਰ ਦਿੱਤੇ ਹੈ ਜ਼ਿਲ੍ਹੇ ਦੇ, ਜ਼ਿਲ੍ਹਾ ਮੈਂ ਦੇਖ ਰਿਹਾ, ਉਹਦੇ ਵਾਸਤੇ ਪਾਰਟੀ ਵੱਲੋਂ ਇਹ ਅਧਿਕਾਰ ਮੈਨੂੰ ਪਾਰਟੀ ਵੱਲੋਂ ਹੀ ਆਇਆ ਸੀਗਾ, ਇਹ ਆਪਾਂ ਫੈਸਲਾ ਲੈਣਾ। ਅਸੀਂ ਰਾਤ 11 ਤੱਕ ਗੱਲਬਾਤ ਚੱਲਦੀ ਰਹੀ ਹੈ, ਕੱਲ੍ਹ ਮੈਂ ਖੁਦ ਜਾ ਕੇ ਆਇਆ, ਮੰਤਰੀ ਸਾਹਿਬ ਜਾ ਕੇ ਆਇਆ, ਹੱਥ ਜੋੜ ਕੇ ਉਹਨਾਂ ਨੇ ਬੇਨਤੀ ਕੀਤੀ ਅੰਦਰ ਆ ਜਾਓ, ਆ ਕੇ ਬੈਠ ਕੇ ਆਪਾਂ ਗੱਲ ਕਰ ਲਓ, ਕਿਸੇ ਵੀ ਕੋਈ ਮਸਲਾ ਉਹ ਤਾਂ ਬੈਠ ਕੇ ਟੇਬਲ 'ਤੇ ਬੈਠ ਕੇ ਹੱਲ ਹੋਣਾ। ਅਤੇ ਜੇ ਆਪਾਂ ਆਖਾਂਗੇ ਵੀ ਅਸੀਂ ਧਰਨਾ ਲਾ ਕੇ ਹੱਲ ਕਰਾਂਗੇ, ਉਹ ਧਰਨਾ ਲਾ ਕੇ ਤਾਂ ਹੱਲ ਹੋਣਾ ਨਹੀਂ। ਇਹ ਦੇਖੋ, ਸਰਕਾਰ ਬਣੀ ਹੈ, 1 ਹੋਇਆ ਅੱਜ ਦੇ ਇਤਿਹਾਸ ਦੇ ਵਿੱਚ, ਪਹਿਲੀ ਵਾਰੀ ਹੈ ਜਿਹੜੀ ਪਹਿਲੀ ਗਰੰਟੀ ਸਰਕਾਰ ਨੇ ਆਉਣ ਸਾਰ 1 ਦੇ ਵਿੱਚ ਆਪਦੀ ਅਨਾਊਂਸ ਕਰਤੀ। ਠੀਕ ਹੈ, ਤੁਹਾਨੂੰ ਮਾਣ ਹੋਣਾ ਚਾਹੀਦਾ ਆਪਦੀ ਸਰਕਾਰ 'ਤੇ, ਉਲਟਾ ਆਪਾਂ ਧਰਨੇ ਲਾ ਰਹੇ ਹਾਂ। ਜੇ ਕੋਈ ਦਿੱਕਤ ਹੈ ਤਾਂ ਆ ਕੇ ਬੈਠ ਕੇ ਗੱਲ ਕਰੋ ਟੇਬਲ 'ਤੇ। ਦੇਖੋ, ਅਸੀਂ ਉਹਨਾਂ ਨੂੰ ਬੁਲਾਇਆ ਸੀ, ਆਏ ਅੰਦਰ ਆਏ, ਤੁਸੀਂ ਉਹਨਾਂ ਨੂੰ ਟਾਈਮ ਤਾਂ ਨੋਟਿਸ ਤਾਂ ਦੇਣਾ ਸੀਗਾ। ਮੇਰੇ ਨੋਟਿਸ ਉਹਨਾਂ ਨੂੰ ਅਸੀਂ ਸਾਰਾ 11 ਤੱਕ ਰਾਤ ਮੈਂ ਉਹ ਕਰਦੇ ਰਹੇ ਗੱਲਬਾਤ, ਉਹਨਾਂ ਨੂੰ ਦੱਸਿਆ ਆ ਕੇ ਜਿਵੇਂ ਵੀ ਹੈ। ਅੱਜ ਵੀ ਪਾਰਟੀ ਨੇ ਟਾਈਮ ਦਿੱਤਾ ਸੀ 11 ਚੰਡੀਗੜ੍ਹ ਆ ਜਾਓ ਆਫਿਸ ਦੇ ਵਿੱਚ। ਸਾਡੇ ਸੂਬਾ ਸਕੱਤਰ ਹੈ ਬਸਤਰ ਸਾਹਿਬ, ਉਹਨਾਂ ਨੇ ਕਿਹਾ ਸੀ ਆ ਕੇ ਇੱਥੇ ਮੇਰੇ ਕੋਲ ਗੱਲਬਾਤ ਕਰੋ,
जो थोड़ी मुश्किल है वह असं हल करा चार घंटे बैठ के बार बार मैसेज दिता की प्रॉब्लम है जो कोई प्रॉब्लम ही नहीं दस रहे जो कोई सॉलिड रीजन ही नहीं है मतलब पार्टी डीफेम करने की कोशिश की गई है एजेंडे खड़े करूगा तो फिर इस तरह होगा चाहे मैं भी हो सकती हूँ ਜਿਵੇਂ ਸ਼ਹਿਰ ਦੇ ਵਿੱਚ ਪਹਿਲਾਂ ਚੱਲ ਰਿਹਾ ਸੀ ਉਹਨਾਂ ਦੇ ਕਹਿਣ ਮੁਤਾਬਕ ਵੀ ਚਿੱਟੇ ਬਾਰੇ ਨਸ਼ਿਆਂ ਬਾਰੇ ਸੱਟੇ ਬਾਰੇ ਵੀ ਉਹ ਸੈਟਿੰਗ ਜਿਹੜੀ ਹੈ ਸਾਡੇ ਲੀਡਰਾਂ ਨੇ ਕਰ ਲਈ ਹੈ ਅਤੇ ਹੁਣ ਸਾਨੂੰ ਜਿਹੜੇ ਅਸੀਂ ਸੱਚ ਦੀ ਆਵਾਜ਼ ਚੁੱਕਦੇ ਹਾਂ ਇਹਨਾਂ ਚੀਜ਼ਾਂ ਨੂੰ ਇਗਨੋਰ ਕਰਦੇ ਹਾਂ ਵੀ ਇਹਨਾਂ ਚੀਜ਼ਾਂ ਨੂੰ ਨਹੀਂ ਹੋਣਾ ਚਾਹੀਦਾ ਇਹਨਾਂ ਨੂੰ ਬੰਦ ਕਰਨਾ ਚਾਹੀਦਾ ਸਾਡੀ ਸੁਣਵਾਈ ਹੁਣ ਤਾਂ ਨਹੀਂ ਬਿਲਕੁਲ ਜੇ ਮੇਰੀ ਗੱਲ ਸੁਣੋ ਜੇ ਸਾਰੇ ਪੰਜਾਬ 'ਚੋਂ ਤਿੰਨ ਹੀ ਬੰਦੇ ਨੇ ਜਿਹੜੇ ਆਵਾਜ਼ ਚੁੱਕਦੇ ਨੇ ਕਿ ਅਸੀਂ ਆਵਾਜ਼ ਨਹੀਂ ਚੁੱਕੀ ਸੀ ਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਨਸ਼ਿਆਂ ਨਾਲ ਮਰ ਜਾਣ ਅਸੀਂ ਆਪਦੇ ਵੱਲੋਂ ਪੂਰੀਆਂ ਐਫਰਟਸ ਕਰ ਰਹੇ ਹਾਂ ਜੇ ਫਿਰ ਵੀ ਇਹ ਚੀਜ਼ ਨੂੰ ਮੁੱਦਾ ਬਣਾ ਕੇ ਉਹਨਾਂ ਨੇ ਇੱਕ ਮੁੱਦਾ ਨਹੀਂ ਕਦੇ ਮੈਡਮ ਦੇ ਪੀਏ ਦੇ ਦੋਸ਼ 'ਤੇ ਕਦੇ ਵੱਡੇ ਮੁੱਦੇ ਨੂੰ ਲੈ ਕੇ ਇਹਦਾ ਮਤਲਬ ਤੁਹਾਡੇ ਕੋਲ ਕੋਈ ਇੱਕ ਵੀ ਸੋਲਿਡ ਰੀਜ਼ਨ ਨਹੀਂ ਹੈ ਜੇ ਪਾਰਟੀ ਕਹਿੰਦੀ ਹੈ ਵੀ ਗੱਲਬਾਤ ਕਰੋ ਤੁਸੀਂ ਗੱਲਬਾਤ ਨਹੀਂ ਕਰਨਾ ਚਾਹੁੰਦੇ ਦੇਖੋ ਜੋ ਪਹਿਲਾਂ ਤੋਂ ਕਹਾਣੀਆਂ ਬਣੀਆਂ ਜੋ ਚੀਜ਼ਾਂ ਮੇਰੇ ਸਾਹਮਣੇ ਆਈਆਂ ਮਲੋਟ ਦੇ ਹਲਕੇ ਦੇ ਜੋ ਲੋਕ ਹੈ ਮੈਂ ਉਹਨਾਂ ਦੇ ਪਰਸਨਲ ਕੰਮਾਂ ਜਾਂ ਉਹਨਾਂ ਦੇ ਕਹਿ ਲਓ ਯੂਨੀਅਨਸ ਬਣਦੀਆਂ ਨੇ ਸ਼ਹਿਰ ਦੇ ਵਿੱਚ ਮੈਂ ਕਦੇ ਵੀ ਇੰਟਰਫੀਅਰ ਨਹੀਂ ਕੀਤਾ ਜਿਸ ਕੰਮ ਨਾਲ ਸੰਬੰਧਿਤ ਯੂਨੀਅਨ ਬਣਦੀ ਹੈ ਟਰੱਕ ਯੂਨੀਅਨ ਬਣਦੀ ਹੈ ਆੜ੍ਹਤੀਆ ਯੂਨੀਅਨ ਬਣਦੀ ਹੈ ਮੇਰੀ ਇਹੀ ਕੋਸ਼ਿਸ਼ ਰਹੇਗੀ ਕਿ ਤੁਸੀਂ ਸਰਬਸੰਮਤੀ ਨਾਲ ਆਪਣੇ ਜੋ ਵੀ ਯੂਨੀਅਨ ਬਣਾ ਲਓ ਜੇ ਕੋਈ ਮੇਰੀ ਪਾਰਟੀ ਦਾ ਅਹੁਦੇਦਾਰ ਆ ਕੇ ਕਹੂਗਾ ਕਿ ਇਹ ਹੱਕ ਮੈਨੂੰ ਦਿੱਤੇ ਜਾਣਗੇ ਤਾਂ ਇਹ ਪਾਰਟੀ ਵੀ ਨਹੀਂ ਬਰਦਾਸ਼ਤ ਕਰੇਗੀ ਕਿਉਂਕਿ ਅਸੀਂ ਗੁੰਡਾਗਰਦੀ ਨਹੀਂ ਕਰਨ ਆਏ ਅਸੀਂ ਲੋਕਾਂ ਦੇ ਉੱਤੇ ਆਪਣੇ ਹੱਕ ਨਹੀਂ ਜਮਾਉਣ ਆਏ ਅਸੀਂ ਲੋਕਾਂ ਦੀ ਸੇਵਾ ਕਰਨ ਆਏ ਹਾਂ ਸੋ ਮੈਂ ਹਮੇਸ਼ਾ ਇਸ ਹੱਕ 'ਚ ਰਹਾਂਗੀ ਕਿ ਜਿਹੜੀ ਲੋਕਾਂ ਦੇ ਹੱਕ ਹੈ ਲੋਕਾਂ ਤੱਕ ਹੀ ਪਹੁੰਚਾਏ ਜਾਣ ਨਾ ਤਾਂ ਮੈਂ ਕਹੂੰਗੀ ਕਿ ਇਸ ਬੰਦੇ ਨੂੰ ਇਸ ਕੋਈ ਅਹੁਦਾ ਦਿੱਤਾ ਜਾਵੇ ਨਾ ਪਾਰਟੀ ਕਦੇ ਇਹ ਸਿਰਫ ਪਾਰਟੀ ਹੀ ਦੱਸੀ ਕਿਉਂਕਿ ਨਾ ਤਾਂ ਮੈਂ ਉਹਨਾਂ ਨੂੰ ਸਸਪੈਂਡ ਕੀਤਾ ਨਾ ਬਾਮ ਸਾਹਿਬ ਨੇ ਕੀਤਾ ਪਾਰਟੀ ਵੱਲੋਂ ਹੀ ਆਰਡਰ ਨੇ ਦੇਖੋ ਜੀ ਜਿਹਦੇ ਤੇ ਦੋਸ਼ ਲਗਾਇਆ ਗਿਆ ਉਹਨੂੰ ਪਾਸੇ ਕਰ ਦਿੱਤਾ ਦੂਜੇ ਤੇ ਦੋਸ਼ ਦੱਸੋ ਜੇ ਜਗਮੋਹਨ ਦੀ ਗੱਲ ਕੀਤੀ ਹੈ ਜਗਮੋਹਨ ਨੂੰ ਪਾਸੇ ਜਗਮੋਹਨ ਦੀ ਗੱਲ ਕਰ ਰਹੇ ਇਹ ਉਹ ਤਾਂ ਫੋਨ ਮੈਡਮ ਮੈਡਮ ਫੋਨ ਕਰੋ ਗੱਲ ਹੀ ਨਹੀਂ ਕਰਵਾਉਂਦਾ ਜੀ ਉਹ ਨਾ ਉਹ ਕਹਿੰਦੇ ਫਰੀਦਕੋਟ ਮੈਡਮ 6 ਵਜੇ ਚਲੇ ਜਾਂਦੇ ਨੇ ਉਸ ਤੋਂ ਬਾਅਦ ਜਿਹੜੇ ਅਕਾਲੀ ਕਾਂਗਰਸੀ ਆ ਉਹ ਫਰੀਦਕੋਟ ਜਾ ਕੇ ਮੀਟਿੰਗਾਂ ਕਰਦੇ ਨੇ ਸਬੂਤ ਦੇ ਦੇਣ ਇਸ ਤਰ੍ਹਾਂ ਦਾ ਕੋਈ ਵੀ ਐਲੀਗੇਸ਼ਨ ਮੈਂ ਤਾਂ ਚੰਡੀਗੜ੍ਹ ਵੀ ਜਾਂਦੀ ਹਾਂ ਸਬੂਤ ਦੇਣ ਮੈਨੂੰ ਮੈਂ ਪਾਰਟੀ ਨੂੰ ਗਲਤ ਜਿਹੜੇ ਵਰਕਰ ਹੈ ਉਹਨਾਂ ਨੂੰ ਗਲਤ ਨੂੰ ਗਲਤ ਕਹਿਣ ਦਾ ਹੱਕ ਹੋਊਗਾ ਕਿ ਇਸੇ ਤਰ੍ਹਾਂ ਜੇ ਕੋਈ ਬੋਲੂਗਾ ਪਾਰਟੀ ਦੇ ਵਿੱਚ ਗਲਤ ਹੋ ਰਿਹਾ ਤਾਂ ਉਹਦੇ ਕਾਰਨ ਜੇ ਪਾਰਟੀ ਦਾ ਵਰਕਰ ਸਹੀ ਕਹੂਗਾ ਮੇਰੇ ਨਾਲ ਆ ਕੇ ਗੱਲ ਕਰੂਗਾ ਵੀ ਮੈਂ ਆਹ ਮੁੱਦਾ ਹੈ ਜੋ ਤੁਹਾਡੇ ਧਿਆਨ 'ਚ ਨਹੀਂ ਹੈ ਤਾਂ ਉਸ ਨੂੰ ਵਿਚਾਰਿਆ ਵੀ ਜਾਊਗਾ ਜੇ ਉਸ ਨੂੰ ਇੱਕ ਤਰ੍ਹਾਂ ਨਾਲ ਡਰਾਮਾ ਬਣਾ ਕੇ ਤੁਸੀਂ ਇਸ ਪਾਰਟੀ ਨੂੰ ਡੀਫੇਮ ਕਰੋਗੇ ਤਾਂ ਫਿਰ ਉਹਦੇ 'ਤੇ ਐਕਸ਼ਨ ਜ਼ਰੂਰ ਲਿਆ ਜਾਊਗਾ ਦੇਖੋ ਮੇਰੇ ਧਿਆਨ 'ਚ ਕੋਈ ਵੀ ਇਹੋ ਜਿਹਾ ਬੰਦਾ ਨਹੀਂ ਹੈ ਜਿਹੜਾ ਕੋਈ ਇਹੋ ਜਿਹੀ ਐਕਟੀਵਿਟੀ ਕਰ ਰਿਹਾ ਹੋਵੇ ਜੇ ਉਹ ਕਿਸੇ ਨੂੰ ਜੇ ਉਹਨਾਂ ਦੇ ਧਿਆਨ 'ਚ ਤਾਂ ਉਹਦੇ ਨਾਲ ਗੱਲ ਕਰ ਲੈਣ ਨਾ ਹੀ ਉਹਨਾਂ ਨੇ ਮੇਰੇ ਧਿਆਨ 'ਚ ਲਿਆਂਦੀ ਇਹ ਗੱਲ ਮੰਤਰੀ ਸਾਹਿਬ ਜਿਵੇਂ ਤੁਸੀਂ ਕਿਹਾ ਵੀ ਟਰੱਕ ਯੂਨੀਅਨ ਦਾ ਸਰਬਸੰਮਤੀ ਨਾਲ ਹੋਇਆ ਆੜ੍ਹਤੀ ਯੂਨੀਅਨ ਸਰਬਸੰਮਤੀ ਨਾਲ ਹੋਇਆ ਕਿ ਐਡਵਰਟਗੰਜ ਵੀ ਸਰਬਸੰਮਤੀ ਜੇ ਹੁੰਦੀ ਹੈ ਤਾਂ ਸਰਬਸੰਮਤੀ ਕਰਾਈ ਜਾਵੇਗੀ ਇਹ ਵੀ ਸਾਰਾ ਲੋਕ ਹੀ ਡਿਸਾਈਡ ਕਰਨਗੇ ਅਸੀਂ ਲੋਕਾਂ ਤੋਂ ਹੀ ਫੈਸਲੇ ਲੈਣੇ ਜਿਵੇਂ ਜਿਵੇਂ ਲੋਕ ਆ ਕੇ ਮੈਨੂੰ ਦੱਸੀ ਜਾਣਗੇ ਜੀ ਜੋ ਜੋ ਉਹਨਾਂ ਦੀ ਇੱਛਾ ਮੈਂ ਉਹਨਾਂ ਮੁਤਾਬਕ ਕੰਮ ਕਰੂੰਗਾ ਜੀ ਉਹਨਾਂ ਦਾ ਜਿਹੜਾ ਧਰਨਾ ਹੈ ਕੋਈ ਚੁਕਾਇਆ ਜਾਊਗਾ ਕੋਈ ਗੱਲਬਾਤ ਕੀਤੀ ਜਾਊਗੀ ਜਾਂ ਉਹਨੇ ਬੈਠੇ ਰਹਿਣਗੇ ਇਹ ਪਾਰਟੀ ਡਿਸਾਈਡ ਕਰੇ ਕਿਉਂਕਿ ਅਸੀਂ ਬਹੁਤ ਕੋਸ਼ਿਸ਼ ਕੀਤੀ ਹੈ ਪਰ ਕੋਈ ਕੰਪਰੋਮਾਈਜ਼ ਮੈਡਮ ਜੀ ਤੁਸੀਂ 6 ਵਜੇ ਤੋਂ ਬਾਅਦ ਇੱਥੋਂ ਚਲੇ ਜਾਂਦੇ ਜੀ ਮੈਨੂੰ ਜਾਣਾ ਪੈਂਦਾ ਕਈ ਵਾਰ ਮੈਂ ਇੱਥੋਂ ਸੁਬਹ ਜਾ ਕੇ ਸ਼ਾਮ ਨੂੰ ਚੰਡੀਗੜ੍ਹ ਤੋਂ ਵਾਪਸ ਵੀ ਆਉਂਦੀ ਹਾਂ ਇਸ ਚੀਜ਼ ਨੂੰ
ਤੁਸੀਂ ਨਿਗਲੈਕਟ ਨਹੀਂ ਕਰ ਸਕਦੇ ਕਿ ਪਰਿਵਾਰ ਇੱਕ ਪਰਿਵਾਰ ਮੈਡਮ ਕਹਿੰਦਾ ਵੀ ਤੁਹਾਨੂੰ ਮਿਲ ਚੁੱਕਿਆ ਅੱਜ ਵੀ ਬਾਹਰ ਬੈਠਾ ਹੈ ਉਹਨਾਂ ਦਾ ਕੋਈ ਬੱਚਾ ਗੁੰਮ ਹੋਇਆ ਪਰ ਪੁਲਿਸ ਨੂੰ ਕਹਿੰਦੇ ਸਾਨੂੰ ਕੋਈ ਸਹਿਯੋਗ ਨਹੀਂ ਕਰ ਰਹੀ ਬਿਲਕੁਲ ਜੀ ਮੇਰੇ ਖਿਆਲ ਦੋ ਵਾਰੀ ਮਿਲ ਚੁੱਕਿਆ ਪੁਲਿਸ ਨੂੰ ਮੈਂ ਉੱਤੋਂ ਤੱਕ ਇਹ ਤੁਹਾਡੇ ਮਾਮਲਾ ਧਿਆਨ 'ਚ ਵੀ ਹੈਗਾ ਉਹ ਅੱਜ ਲਾਸਟ ਤਾਰੀਖ ਨਹੀਂ ਸੀ ਕਹਿੰਦੇ ਸੀ ਹਾਂ ਜਾਂ ਨਾ ਦਾ ਜਵਾਬ ਲੈਣਾ ਵੀ ਸਾਡੇ ਲਈ ਕੋਈ ਕਾਰਵਾਈ ਕਰਵਾਈ ਜਾਊਗੀ ਪੁਲਿਸ ਵੱਲੋਂ ਸੋਚ ਜਿਹੜੇ ਪੁਲਿਸ ਦੇ ਕੰਮ ਹੈ ਪੁਲਿਸ ਤੋਂ ਹੀ ਪੁੱਛੇ ਜਾਣਗੇ ਐਸ ਐਸ ਪੀ ਸਾਹਿਬ ਵੀ ਆ ਰਹੇ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ